ਆ ਕੀ ਖਬਰ ਆ ਗਈ? ਅਸੂਲੀ ਬੰਦੇ ਨੇ ਚਾਹ ਵਾਲੇ ਦੇ ਛੱਡੀਆਂ ਚੰਡਾ, 10 ਗੁਣਾ ਪੈਸੇ ਵੱਧ ਮੰਗਣ ਤੇ ਚਪੇੜਾਂ ਮਾਰ ਦਿੱਤੀਆਂ। ਯਾਰ ਬੜੀ ਡੇਂਜਰ ਖਬਰ ਹੈ ਯਾਰ, ਆਹ ਵਾਲੀ ਪੜ੍ਹਦੇ ਹਾਂ ਆਪਾਂ ਅਗਲੀ। ਹਾਂ ਹਾਂ, ਆਹ ਮੈਟ੍ਰੀਮੋਨੀਅਲ ਵਾਲੀ ਠੀਕ ਹੈ। 10ਵੀਂ ਪਾਸ, ਹਾਂ ਇਹ ਠੀਕ ਹੈ। 6 ਫੁੱਟ 6 ਇੰਚ ਦੀ ਕੁੜੀ, ਯਾਰ ਇੰਨੀ ਲੰਬੀ ਕੁੜੀ ਆਉਂਦੀ ਹੈ? ਮੈਨੂੰ ਤਾਂ ਸਮਝ ਨਹੀਂ ਆਉਣ ਡਿਆ ਯਾਰ, ਇਹਦੇ ਨਾਲ ਤਾਂ ਸਿਰਫ ਪੜ੍ਹਾਈ ਮਿਲਦੀ ਆ, ਕੱਦ ਤਾਂ ਮੇਰਾ ਬਿਲਕੁਲ ਵੀ ਨਹੀਂ ਮਿਲਦਾ। ਇਹ ਨਹੀਂ ਕੁੜੀ ਲੈਣੀ ਆਪਾਂ। ਓਏ ਤੂੰ ਹੀ ਆ ਪਾਰਾ ਸਿੰਘ? ਹੈਂ, ਉਹ ਮੈਂ ਤਾਂ ਹਜੇ ਰਿਸ਼ਤਾ ਹੀ ਪੜ੍ਹਦਾ ਪਿਆ ਸੀਗਾ, ਇਹ ਤਾਂ ਕੁੜੀ ਸਿੱਧਾ ਹੀ ਆ ਗਈ ਮੇਰੀ ਰੇਹੜੀ ਤੇ। ਉਹ ਕਿਹੜਾ ਨਿਊਜ਼ ਪੇਪਰ ਆਏ, ਬੜੀ ਫਾਸਟ ਸਰਵਿਸ ਹੈ ਇਹਨਾਂ ਦੀ। ਮੈਂ ਕਰਾਵਾਂ ਤੇਰੀ ਸਰਵਿਸ। ਹੈਂ, 1 ਮਿੰਟ ਆਇਓ ਜੀ। ਹੈਂ ਆਵੇ? ਨਹੀਂ 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 ਜੀ, ਬਸ ਹੋ ਗਈ, ਕੁਛ ਵੀ ਨਹੀਂ ਹੋਇਆ, ਕਚਰਾ ਫਸਿਆ ਹੋਇਆ ਸੀਗਾ, ਹੋ ਗਿਆ ਕੰਮ, ਸੈੱਟ ਹੋ ਗਿਆ, ਹੋ ਗਿਆ। ਆਓ ਬੈਠੋ ਬੈਠੋ ਬੈਠੋ, ਤੁਸੀਂ ਸਵਾਗਤ ਹੈ ਜੀ ਤੁਹਾਡਾ ਮੇਰੀ ਰੇਹੜੀ ਦੇ ਉੱਤੇ। ਕਚਰਾ ਤਾਂ ਕੱਢ ਦਾਂਗੇ ਤੇਰਾ। ਨਹੀਂ ਜੀ, ਨਿਕਲ ਗਿਆ, ਤੁਹਾਨੂੰ ਦੇਖ ਕੇ ਸਭ ਸੈੱਟ ਹੋ ਗਿਆ ਜੀ ਹੁਣ ਤੇ। ਬੈਠੋ ਜੀ ਬੈਠੋ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਹੈ ਜੀ? ਉਹ ਨਹੀਂ ਭਾਅ ਜੀ, ਵਧੀਆ ਹਾਲ, ਹੱਥ ਤਾਂ ਮਿਲਾ ਲਓ ਭਾਅ ਜੀ। ਨਹੀਂ ਨਹੀਂ ਭਾਅ ਜੀ, ਪੂਰਾ ਹੱਥ ਮਿਲਾਈ ਦਾ। ਹਾਂ, ਕਿਆ ਬਾਤ ਹੈ ਭਾਅ ਜੀ, ਕਿਆ ਬਾਤ ਹੈ। ਸਤਿ ਸ਼੍ਰੀ ਅਕਾਲ ਮੈਡਮ ਜੀ। ਮੁਬਾਰਕਾਂ ਜੀ, ਤੁਸੀਂ ਇੰਨੀਆਂ ਘੈਂਟ ਘੈਂਟ ਫਿਲਮਾਂ ਕੀਤੀਆਂ ਹੈ ਨਾ, ਇੰਨੇ ਘੈਂਟ ਘੈਂਟ ਗਾਣੇ ਲਿਖੇ ਤੇ ਤੁਸੀਂ ਟੰਗ ਟੰਗ ਕੇ ਗਾਇਆ ਵੀ। 3 ਕੱਪ ਚਾਹ ਹੀ ਬਣਾ ਦਿਓ ਭਾਜੀ। ਮੈਂ ਬਣਾਵਾਂ ਚਾਹ ਹੁਣ? ਨਹੀਂ ਨਹੀਂ, ਮੈਂ ਬਣਾ ਲਾਂਗਾ ਭਾਜੀ ਚਾਹ, ਫਿਰ ਕੀ ਹੋ ਗਿਆ ਭਾਜੀ? ਮੈਂ ਰੇੜੀ ਪਾਈ ਹੈ ਤੇ ਚਾਹ ਵੀ ਤਾਂ ਬਣਾਉਣੀ ਆਉਂਦੀ ਹੋਏਗੀ ਨਾ ਮੈਨੂੰ। ਕੋਈ ਗੱਲ ਨਹੀਂ ਭਾਜੀ, ਮੈਂ ਚਾਹ ਬਣਾ ਲਾਂਗਾ, ਇਟਸ ਓਕੇ। ਕਿਹੜੀ ਕਿਹੜੀ ਚਾਹ ਤੇਰੇ ਕੋਲ ਭਾਜੀ? ਮੈਂ ਪੂਰਾ ਮੈਨਿਊ ਤਿਆਰ ਕੀਤਾ ਹੋਇਆ ਚਾਹ ਦਾ, ਸੱਚੀ ਦੱਸਾਂ ਪੂਰੀ ਫੁੱਲ ਤਿਆਰੀ ਕੀਤੀ ਹੈ ਆਪਾਂ। ਸੁਣਾਵਾਂ ਮੈਂ ਮੈਨਿਊ? ਆਪਾਂ ਇੱਕ ਕੰਮ ਕਰਦੇ ਹਾਂ, ਮੈਂ ਤੁਹਾਨੂੰ ਮੈਨਿਊ ਸੁਣਾਉਣਾ, ਠੀਕ ਹੈ? ਤੁਸੀਂ ਉਹਦੇ ਵਿੱਚੋਂ ਦੱਸ ਦੇਣਾ ਕਿ ਕਿੱਦਾਂ ਦੀ ਚਾਹ ਪੀਣੀ ਹੈ, ਠੀਕ ਹੈ? ਸੁਣਾਵਾਂ ਫਿਰ, ਸੁਣਾਓ। 1 2 3 ਕਹਿ ਦਿਓ ਭਾਜੀ, ਜਿਹੜਾ ਕਹਿ ਦਿਓ 1 2 ਤਾਂ ਕਹਿ ਦਿਓ ਭਾਜੀ, 3 ਚਲੋ ਊੜਾ ਆੜਾ ਕਹਿ ਦਿਓ, ਈਡੀ ਤੇ ਸੁਣਾ ਦੂੰਗਾ ਮੈਂ ਊੜਾ ਆੜਾ। ਹਾਂ ਲਓ ਜੀ, ਚਾਹ ਤੇ ਚੁਸਕੀ ਜੀ, ਤੁਹਾਡਾ ਧੰਨਵਾਦ ਹੈ। ਕਿਹੜੀ ਵਾਲੀ ਪੀਣੀ? ਹਰ ਚਾਹ ਚ ਸਵਾਦ ਹੈ, ਸੌਂਹ ਵਾਲੀ, ਲਾਚੀ ਵਾਲੀ, ਡਿੱਟੋ ਕਰਦੀ ਚਾਚੀ ਵਾਲੀ, ਮਲੱਠੀ ਵਾਲੀ, ਅਦਰਕ ਵਾਲੀ, ਲੌਂਗ ਵਾਲੀ ਚਾਹ, ਇੱਕੋ ਘੁੱਟ ਨਾਲ ਤੁਹਾਡੀ ਨਿਕਲ ਜਾਏਗੀ। ਵਾਹ, ਕੱਪੀ ਚਾਹ ਪਲਾਵਾਂਗੇ ਬੜੇ ਸਤਿਕਾਰ ਦੇ ਨਾਲ, ਕਲੱਬ ਚਾਹ ਪਲਾਵਾਂਗੇ ਬੜੇ ਪਿਆਰ ਦੇ ਨਾਲ, ਜਿੱਦਾਂ ਤੁਸੀਂ ਕਹੋਗੇ ਮਿੱਠਾ ਪੱਤੀ ਕੱਟ, ਪਾਰਾ ਤੁਹਾਡੇ ਲਈ ਲੈ ਕੇ ਆਏਗਾ ਚਾਹ ਚਟਪਟ। ਚੱਲ ਕਲਾਕਾਰ ਬੰਦੇ ਦੀ ਅਸੀਂ ਇੱਜ਼ਤ ਕਰਦੇ ਹਾਂ, ਤੂੰ ਜੋੜਿਆ ਇੰਨਾ ਵਧੀਆ, ਹੁਣ ਆ ਜਾ ਫਿਰ ਬਣਾ ਲੈਂਦੇ ਹਾਂ। ਚਲੋ ਜੀ, ਆ ਜਾ ਜੀ। ਨੀਰੂ ਜੀ, ਤਸੀਮ ਭਾਜੀ, ਤੁਸੀਂ ਮੇਰੀ ਰੇਹੜੀ ਤੇ ਆਏ ਹੋ ਨਾ, ਮੇਰੇ ਦਿਮਾਗ ਦੇ ਵਿੱਚ 2 ਤੋਂ 4 ਲਾਈਨਾਂ ਆਈਆਂ ਨੇ, ਸੁਣਾ ਦਵਾਂ? ਇਜਾਜ਼ਤ ਹੈ? ਆਉਣ ਦੇ। ਮੈਡਮ ਵੀ ਕਹਿ ਦਿੰਦੇ, ਮੈਡਮ ਕਹਿੰਦੇ ਨਹੀਂ ਪਏ, ਬੋਲੋ। ਠੀਕ ਹੈ, ਸੁਣਾ ਦਿੰਦਾ ਹਨਾ। ਅੱਜ ਮੇਰੀ ਰੇਹੜੀ ਤੇ ਚਾਹ ਬਣੂਗੀ ਕੜ ਕੜ, ਕਿਉਂਕਿ ਮੇਰੀ ਰੇਹੜੀ ਤੇ ਆਏ ਨੇ ਤਰਸੇਮ ਜੱਸੜ। ਨਹੀਂ ਨਹੀਂ, ਤੇ ਬਣੂਗੀ ਬਹੁਤ ਹੀ ਅੱਛੀ, ਤੇ ਬਣੂਗੀ ਬਹੁਤ ਹੀ ਅੱਛੀ, ਕਿਉਂਕਿ ਬਾਲੀਵੁੱਡ ਦੀ ਆਈ ਹੈ ਜੀ ਲਾਚੀ। ਹਾਂ ਇਹ ਗੱਲ ਠੀਕ ਹੈ, ਐਦਾਂ ਤਾੜੀਆਂ ਕਢਵਾਈ ਦੀਆਂ, ਐਦਾਂ ਚਾਹ ਬਣਾ ਲਈਏ ਭਾਈ ਫਿਰ। ਹਾਂਜੀ ਮੈਡਮ ਜੀ, ਤੁਸੀਂ ਜਰਾ ਪਾਣੀ ਵਿੱਚ ਪਾ ਦਿਓ। ਵਾਹ 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 ਭਾਜੀ, ਇਹਦੇ ਵਿੱਚ ਹੁਣ ਲਾਚੀ ਪਾਉਣ ਦੀ ਲੋੜ ਹੀ ਨਹੀਂ ਸਾਨੂੰ ਪਾਣੀ ਦੇ ਵਿੱਚ। ਨਹੀਂ ਹੁਣ ਨਹੀਂ। ਹਾਂ ਕੀ ਬਾਤ ਹੈ, ਆਓ ਜੀ ਮੈਡਮ ਜੀ, ਇਸ ਹਿਸਾਬ ਨਾਲ ਤਾਂ ਮਿੱਠੇ ਦੀ ਵੀ ਲੋੜ ਨਹੀਂ ਰਹਿਣੀ। ਲਓ ਜੀ ਜੀ, ਹੁਣ ਆਪਾਂ ਤੇ ਮਿੱਠਾ ਪੱਤੀ ਕਿੱਦਾਂ ਦਾ ਪੀਣਾ ਜੀ? ਜਿਵੇਂ ਦਾ ਮੈਂ ਪੀਣਾ ਹੁੰਦਾ ਉਵੇਂ ਦਾ ਬਣਾ ਦਿਓ। ਕਿਆ ਬਾਤ ਯਾਰ, ਇਹ ਗੱਲ ਓਕੇ ਲੈਸ ਸ਼ੂਗਰ ਕੇ। ਹਾਂ ਦੱਸੋ ਜੀ ਭਾਜੀ। ਠੀਕ ਆ, ਪਾ ਦਿਓ ਸਾਰਾ, ਪਾ ਦਈਏ ਥੋੜੀ ਜਿਹੀ ਹੋਰ ਪਾ ਦਿਓ। ਯੈਸ, ਵਾਦੂ ਭਾਜੀ ਲੌਂਗ ਪਾਉਣਾ ਤੁਸੀਂ? ਮੈਨੂੰ ਪੁੱਛਿਓ ਤੁਸੀਂ, ਮੈਨੂੰ ਤਾਂ ਜਵਾਬ ਹੀ ਨਹੀਂ ਦਿੰਦੇ ਪਏ। ਲੌਂਗ ਪਾਈਏ, ਲੌਂਗ ਪਾਈਏ ਭਾਜੀ, ਮੈਨੂੰ ਜਵਾਬ, ਮੈਨੂੰ ਜਵਾਬ ਦੇ ਦਿਓ। ਤੂੰ ਇੱਧਰ ਫੜਾ ਡੱਬੀ। ਅੱਛਾ, ਆ ਲੈ ਜੀ ਡੱਬੀ, ਜ਼ਿਆਦਾ ਉਸਤਾਦ ਨਾ ਬਣ ਤੂੰ। ਮੈਂ ਚਾਹ ਬਣਦੀ ਵੇਖਾਂ ਬਸ ਭਾਜੀ। ਮੈਨੂੰ ਕੁੜੀ ਕਦੋਂ ਮਿਲੇਗੀ ਵਿਆਹ ਵਾਸਤੇ? ਵਿਆਹ
ਕੋਈ ਗੱਲ ਨਹੀਂ, 2 ਸਾਲਾਂ ਨੂੰ ਮਿਲ ਜੇ, 10 ਸਾਲਾਂ ਨੂੰ ਮਿਲ ਜੇ, ਇਟਸ ਓਕੇ, ਆਈ ਵਿਲ ਵੇਟ। ਮੈਂ ਕਰ ਲਾਂਗਾ ਵੇਟ ਜੀ। ਮੈਂ ਭਾਅ ਜੀ ਤਾਂ ਪੁੱਛ ਰਿਹਾ ਸੀਗਾ ਨਾ, ਕਿਉਂਕਿ ਤੁਹਾਡੇ ਕੋਲ ਰੱਬ ਦਾ ਰੇਡੀਓ ਹੈਗਾ, ਮੈਂ ਤਾਂ ਪੁੱਛ ਰਿਹਾ ਸੀਗਾ। ਲੌਜਿਕ ਤਾਂ ਤੇਰਾ ਠੀਕ ਆ, ਹੈ ਨਾ, ਤੁਸੀਂ ਪਤਾ ਕੀ ਭਾਈ, ਪਰ ਨਿੱਕੇ ਮੋਟੇ ਕੰਮਾਂ ਨੂੰ ਮੈਂ ਰੱਬ ਦੇ ਰੇਡੀਓ ਨੂੰ ਨਹੀਂ ਛੇੜਦਾ। ਅੱਛਾ ਜੀ, ਤੇ ਆਹ ਪੱਤੀ ਪਾ ਲਈਏ, ਪੱਤੀ ਪਾਓ, ਪੱਤੀ ਪੱਤੀ ਪਾਣੀ ਜੀ, ਸ਼ਾਨੇ ਪੰਜਾਬ ਚਾ ਪੱਤੀ, ਸ਼ਾਨੇ ਪੰਜਾਬ। ਹਾਂਜੀ, ਸੁਣ ਕੇ ਦੱਸੂਗਾ ਵਧੀਆ। ਹਾਂਜੀ ਹਾਂਜੀ, ਵਾਹ ਜੀ ਵਾਹ, ਵਧੀਆ ਵਧੀਆ ਭਾਜੀ, ਵੈਰੀ ਗੁੱਡ। ਹੁਣ ਆਪਾਂ ਆਪਾਂ ਜੀ ਵੱਡਾ ਲੌਂਗ ਪਾਦਮਾ, ਤੂੰ ਹੱਥ ਪਰੇ ਕਰ ਆਪਦੇ, ਬੰਦ ਕਰ ਇਹਨੂੰ। ਆ ਤਾਂ ਫਿਰ ਮੇਰਾ ਲੱਗ ਗਿਆ ਸੀ ਹੱਥ ਇਹਨੂੰ, ਹਾਂ ਇਹਨੂੰ ਜੇਬ ਚ ਪਾ ਲਾ, ਪਰੇ ਰੱਖ ਦੇ, ਜੇਬ ਚ ਪਾ ਲਾ, ਪਰੇ ਰੱਖ ਦਿੱਤਾ ਜੀ। ਨੀਰੂ ਜੀ ਮੈਨੂੰ ਦੱਸੋ, ਸਾਰੇ ਇਹ ਜਿਹੜੇ ਕੱਬੇ ਅਸੂਲ ਵਾਲੇ ਬੰਦੇ ਨੇ, ਇਹ ਇੱਦਾਂ ਦੇ ਹੁੰਦੇ ਨੇ? ਆਈ ਥਿੰਕ ਸੋ। ਬਹੁਤ ਵਧੀਆ ਹੁੰਦੇ ਨੇ ਭਾਜੀ, ਬਹੁਤ ਵਧੀਆ, ਕੈਂਟ, ਚਾਹ ਵੀ ਬਹੁਤ ਕੈਂਟ। ਅੱਛਾ ਮੈਡਮ ਜੀ, ਆਪਣਾ ਤੁਸੀਂ ਕੈਨੇਡਾ ਤੋਂ ਆਏ ਹੋ ਜਿੱਦਾਂ, ਤੇ ਮੈਨੂੰ ਥੋੜੀ ਜਿਹੀ ਇੰਗਲਿਸ਼ ਹੀ ਸਿਖਾ ਦਿਓ। ਧਿਆਨ ਦੇ ਨਾਲੇ ਪੁੱਛੀ ਸਾਰਾ ਕੁਝ। ਹਾਂਜੀ, ਇਹਨਾਂ ਨੂੰ ਸਪੈਸ਼ਲੀ। ਠੀਕ ਹੈ ਠੀਕ, ਮੈਂ ਫਿਰ ਰਹਿਣ ਦਿੰਦਾ। ਨਹੀਂ ਪੁੱਛ ਲਾ। ਅੱਛਾ ਤੁਸੀਂ ਮੈਨੂੰ ਦੱਸ ਦਿਓ, ਫਟੇ ਦੁੱਧ ਦੀ ਇੰਗਲਿਸ਼ ਪੁੱਛ ਲੈਂਦਾ ਨਾ, ਫਿਰ ਮੈਨੂੰ ਦਿੱਕਤ ਹੁੰਦੀ ਹੈ। ਫਟੇ ਦੁੱਧ, ਬ੍ਰੋਕਨ ਮਿਲਕ, ਬ੍ਰੋਕਨ ਮਿਲਕ, ਯੈਸ, ਵੈਰੀ ਨਾਈਸ। ਤੇ ਉਹ ਕਹਿੰਦੇ ਨਾ ਆਪਾਂ ਫਿੱਟੇ ਮੂੰਹ ਤੇਰੇ, ਉਹ ਉਹ ਉਹਦਾ ਕੁਛ ਹੈਗਾ ਜੀ ਤੁਹਾਡੇ ਕੋਲ? ਮੈਨੂੰ ਲੱਗਦਾ ਮੈਂ ਉਹ ਫਿੱਟੇ ਫੇਡਡ ਫੇਸ, ਫੇਡਡ ਫੇਸ ਭਾਜੀ, ਕੀ ਬਾਤ ਹੈ ਸੱਚੀ ਭਾਜੀ, ਹੱਥ ਹੱਥ ਪਰ ਇਹਨਾਂ ਨਾਲ ਗੱਲ ਕੀਤੀ ਸੀ। ਅੱਛਾ ਤੇ ਇੱਕ ਹੋਰ ਦੱਸ ਦਿਓ, ਪਾਰੇ ਦੇ ਨਾਲ ਚਾਹ ਤੇ ਚੁਸਕੀ, ਗੌਸਿਪ ਐਂਡ ਟੀ ਵਿਦ ਪਾਰਾ, ਕੀ ਬਾਤ ਹੈ ਕੀ ਬਾਤ ਹੈ। ਅੱਛਾ ਇੱਕ ਹੋਰ ਦੱਸਿਓ, ਮੈਂ ਤੈਨੂੰ ਪਿਆਰ ਕਰਦੀ ਹਾਂ, ਇੱਕ ਮਿੰਟ ਇੱਕ ਮਿੰਟ, ਪਿਆਰ ਤਾਂ ਪਤਾ ਤੈਨੂੰ ਮੈਂ ਚੰਗਾ ਕਰੂੰ, ਮੈਂ ਚਾਹ ਨੂੰ ਕਿਹਾ ਜੀ ਚਾਹ ਮੈਨੂੰ ਪਿਆਰ ਕਰਦੀ ਹੈ, ਉਹ ਮੈਨੂੰ ਕਿੱਦਾਂ ਹੋ ਲਿਆ, ਹੋ ਲਿਆ ਹੁਣ ਤੇਰਾ ਪਿਆਰ ਬਹੁਤ। ਭਾਜੀ ਵੈਸੇ ਤੁਸੀਂ ਮੇਰੀਆਂ ਗੱਲਾਂ ਦੇ ਤਾਂ ਸਾਰੇ ਹੀ ਉਬਾਲੇ ਮਾਰੇ ਨੇ, ਤੇ ਕਿਹੜੀ ਗੱਲ ਤੇ ਵੈਸੇ ਤੁਸੀਂ ਅਕਸਰ ਉਬਾਲਾ ਮਾਰ ਜਾਂਦੇ ਹੋ? ਉਬਾਲਾ ਮੈਨੂੰ ਸਭ ਤੋਂ ਵੱਧ ਉਹਦੇ ਤੇ ਆਉਂਦਾ ਜਿਹੜਾ ਬੰਦਾ ਇੱਕ ਵਾਰ ਕਹਿ ਕੇ ਗੱਲ ਜਾਂ ਜ਼ੁਬਾਨ ਕਰਕੇ ਮੁੱਕਰੇ। ਓਕੇ, ਤੇ ਕਦੋਂ ਕਦੋਂ ਭਾਜੀ ਮੁੱਕਰੇ ਤੁਹਾਡੇ ਨਾਲ, ਸਵੇਰੇ ਮੁੱਕਰਦੇ ਤੁਹਾਡੇ ਨਾਲ ਕਿ ਸ਼ਾਮ ਨੂੰ ਮੁੱਕਰਦੇ? ਭਾਜੀ ਮੈਨੂੰ ਵੀ ਡਰ ਲੱਗ ਰਿਹਾ, ਬਾਕੀ ਮੁੱਕਰੀ ਜਾਂਦੇ ਪਏ ਨੇ। ਫਿਰ ਤੈਨੂੰ ਇੰਨਾ ਦੱਸਿਆ ਮੈਂ ਉਬਾਲਾ ਮਾਰ ਕੇ ਕਰਦੇ ਕੀ ਹਾਂ ਅਸੀਂ? ਹਾਂ ਇਹ ਥੋੜ੍ਹਾ ਜਿਹਾ ਮੈਨੂੰ ਦੱਸੋ ਭਾਜੀ ਕੀ ਕਰ ਰਹੇ ਹੋ, ਕੈਮਰਾ ਬੰਦ ਹੋਣ ਦੇ ਦੱਸ ਦਿਓ। ਮੈਂ ਚਾਹ ਪਿਲਾਵਾਂ, ਹੋਰ ਗੱਲਾਂ 'ਚ ਮੈਂ ਨਾ ਹੀ ਪਾਵਾਂ, ਮੈਂ ਸਹੀ ਦੱਸਾਂ। ਇੱਕ ਮਿੰਟ, ਚਾਹ ਜਿਹੜਾ ਪਾ ਲਈਏ ਆਪਾਂ। ਲਓ ਜੀ, ਇਹ ਹੋ ਗਈ ਨੀਰੂ ਬਾਜਵਾ ਜੀ ਦੀ ਚਾਹ, ਤੂੰ ਹੀ ਪੀਏਗਾ। ਉਹ ਸੀਗੀ ਜੀ ਤਰਸੇਮ ਜੱਸੜ ਜੀ ਦੀ ਚਾਹ, ਤੂੰ ਪੀਏਗਾ, ਬਰਾਬਰ ਪੀਏਗਾ। ਭਾਜੀ ਮੈਂ ਥੱਲੇ ਬਹਿ ਕੇ ਪੀ ਲਾਂਗਾ, ਕੋਈ ਚੱਕਰ ਨਹੀਂ। ਤੁਸੀਂ ਕਹਿੰਦੇ ਤੇ ਮੈਂ ਨਹੀਂ ਪੀਣਾ, ਮੈਂ ਘਰੇ ਜਾ ਕੇ ਪੀ ਲਾਂਗਾ, ਮੈਂ ਪੈਕ ਕਰਕੇ ਲੈ ਜਾਣਾ। ਆਪਾਂ ਤੁਹਾਨੂੰ ਭਾਜੀ ਬਿਸਕੁਟ ਵੀ ਖਵਾਉਣੇ ਆ, ਪਾ ਲੈ ਜੀ। ਸ਼ਾਨੇ ਪੰਜਾਬ ਦੀ ਚਾਹ ਪੱਤੀ, ਪੰਜਾਬ ਦੀ ਰੇੜੀ ਤੇ ਪੰਜਾਬ ਦੀ ਚਾਹ ਪੱਤੀ ਤੇ ਪਾਰਲੇ ਜੀ ਬਿਸਕੁਟ, ਪਰਫੈਕਟ ਕੰਬੀਨੇਸ਼ਨ, ਬਿਸਕੁਟ ਬੈਸਟ ਕੰਬੀਨੇਸ਼ਨ ਜੀ, ਬੈਸਟ। ਉਹ ਪਾਣੀ ਚ ਨਾ ਸਿੱਟ ਦੀ ਖਸਮਾ, ਉਹ ਚ ਪਾਣੀ ਆ, ਨਹੀਂ ਸੁੱਟਦਾ ਜੀ, ਨਹੀਂ ਸੁੱਟਦਾ। ਏ ਆਹ ਅੱਗੇ ਆ, ਦੇਖੋ ਤਾਂ ਜੀ ਕਿੱਦਾਂ ਦੀ ਬਣੀ ਚਾਹ, ਸ਼ਾਨੇ ਪੰਜਾਬ ਦੀ ਚਾਹ ਪੱਤੀ। ਵਾਹ ਵਾਹ ਵਾਹ, ਮੈਂ ਬਹੁਤ ਸਵਾਦ ਚਾਹ ਬਣੀ ਆ, ਬਹੁਤ ਜ਼ਿਆਦਾ ਵਧੀਆ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ, ਕੀ ਬਾਤ ਹੈ, ਕਰਦਾ ਨਹੀਂ, ਤੇ ਤੋ ਬਣੀਆਂ ਕਦੇ ਇਹ ਜੀ? ਬਣੀ ਸੀ ਭਾਜੀ, ਮੈਂ ਸਵੇਰੇ ਬਣਾਈ ਸੀਗੀ, ਫਿਰ ਮੈਂ ਸਾਰੀ ਪੀ ਲਈ, ਇਕੱਲੇ ਹੀ ਪੀ ਲਈ, ਇਕੱਲਾ ਕੋਈ ਗਾਹਕ ਹੀ ਨਹੀਂ ਸੀਗਾ, ਫਿਰ ਮੈਂ ਆਪ ਹੀ ਪੀਣੀ ਸੀਗੀ। ਇਹਨਾਂ ਨੇ ਤਾਂ ਫਿਰ ਬਣਾਉਣੀ ਸੀ ਸਵਾਦ। ਹਾਂਜੀ ਇਹ ਤਾਂ ਹੈ ਭਾਜੀ, ਫਿਰ ਸ਼ਾਨੇ ਪੰਜਾਬ ਚਾਹ ਪੱਤੀ ਭਾਜੀ। ਦੇਖੋ ਭਾਜੀ ਪਛਾਣ ਕਰ ਲਓ, ਭਾਜੀ ਪਛਾਣ ਕਰ ਲਓ, ਇਹ ਜਦੋਂ ਵੀ ਲੈਣੀ ਤੇ ਆ ਹੀ ਲੈਣੀ ਚਾਹ ਪੱਤੀ ਭਾਜੀ, ਠੀਕ ਹੈ, ਵੈਰੀ ਨਾਈਸ ਚਾਹ ਪੱਤੀ ਹੈ। ਅੱਛਾ ਸਕੂਲ ਦੀਆਂ ਫੀਸਾਂ ਇੰਨੀਆਂ ਵੱਧ ਗਈਆਂ ਨੇ, ਤੇ ਤੁਹਾਡੀ ਫਿਲਮ ਦੇ ਵਿੱਚ ਵੀ 2.5 ਲੱਖ ਫੀਸ ਦਿਖਾਈ ਹੈ ਸਕੂਲ ਦੀ, ਤੇ ਤੁਸੀਂ ਇੰਨੇ ਪੈਸੇ ਇਕੱਠੇ ਕਦੇ ਦੇਖੇ ਨੇ? ਮੈਨੂੰ ਤਾਂ ਚਾਹ ਪੀਣ ਤੋਂ ਬਾਅਦ ਭਾਜੀ ਕੋਈ 2000 ਫੜਾ ਦੇਵੇ ਨਾ, ਮੇਰਾ ਤਾਂ FD ਕਰਾਉਣ ਨੂੰ ਮਨ ਕਰਨ ਲੱਗ ਪੈਂਦਾ। ਇਹੀ ਹਾਲ ਆ ਸਾਡਾ ਫਿਲਮ 'ਚ। ਅੱਛਾ ਜੀ, ਔਖੇ ਇਕੱਠੇ ਹੋਏ ਨੇ ਸਾਤੋਂ ਵੀ ਬਹੁਤ, ਤੇ ਫਿਰ ਐਡਮਿਸ਼ਨ ਕਿੰਨੀ ਮਿਹਨਤ ਲੱਗਦੀ ਆ, 2.5 ਲੱਖ ਇਕੱਠਾ ਕਰਨ ਨੂੰ, ਸੱਚੀ ਭਾਜੀ ਬਹੁਤ ਮਿਹਨਤ ਲੱਗਦੀ ਹੈ। ਭਾਜੀ ਮੈਨੂੰ ਉਹ ਦੱਸਿਓ ਕਿ ਆਪਣਾ ਤੁਸੀਂ ਵੀ ਸਰਦਾਰ ਬੰਦੇ ਭਾਜੀ, ਕੈਂਟ, ਹਨਾ, ਮੈਂ ਵੀ ਭਾਜੀ ਸਰਦਾਰ, ਬਹੁਤ ਸਪੋਰਟ ਕਰਦੇ ਭਾਜੀ ਤੁਸੀਂ ਸਰਦਾਰੀ ਨੂੰ, ਮੈਨੂੰ ਵੀ ਸਪੋਰਟ ਕਰਦੇ ਹੋ, ਕੋਈ ਗਾਣਾ ਗੁਣਾ ਹੀ ਸੁਣਾ ਦਿਓ ਸਰਦਾਰੀ ਤੇ, ਜਾਂ ਮੇਰੇ ਤੇ ਸੁਣਾ ਦਿਓ ਕੋਈ ਕੋਈ ਆ ਚਾ ਤੇ ਸ਼ੇਰ ਸੁਣਾ ਦਿੰਦਾ ਇੱਕ। ਸ਼ੇਰ ਆਏਗਾ ਤਾਂ ਨਹੀਂ ਨਾ ਇੱਥੇ? ਕੁਛ ਨਹੀਂ ਕਹਿੰਦਾ ਬਾਈ। ਅੱਛਾ ਠੀਕ, ਸ਼ੇਰ ਸੁਣਾ ਦਿੰਦਾ। ਹਾਂਜੀ, ਲੰਘ ਜਾਏ ਜਦੋਂ ਜਵਾਨੀ, ਹਾਂ ਫਿਰ ਪਿਆਰ ਯਾਦ ਆਉਂਦੇ ਨੇ, ਕਿਆ ਬਾਤ,
ਵਿਛੜ ਜਾਵੇ ਜਦ ਮੇਲਾ ਫਿਰ ਯਾਰ ਯਾਦ ਆਉਂਦੇ ਨੇ ਕਿਆ ਬਾਤ ਉਂਜ ਕੌਮਾਂ ਜਸੜਾਵੇ ਜੱਗ ਤੇ ਬੜੀਆਂ ਕਿਆ ਬਾਤ ਜਦ ਗੱਲ ਅਣਖਾਂ ਦੀ ਚੱਲੇ ਸਰਦਾਰ ਯਾਦ ਆਉਂਦੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਸੱਚੀ ਵੈਰੀ ਨਾਈਸ ਥੈਂਕ ਯੂ ਵੈਰੀ ਨਾਈਸ ਭਾਅ ਜੀ ਸੱਚੀ ਭਾਅ ਜੀ ਤੁਹਾਡੀ ਜਿਹੜੀ ਕਲਮ ਹੈ ਨਾ ਕਿੱਥੇ ਰੱਖੀ ਹੋਈ ਭਾਅ ਜੀ ਤੁਸੀਂ ਕੋਈ ਸਪੈਸ਼ਲ ਕਲਮ ਹੈ ਦੁਕਾਨ ਤੋਂ ਮਿਲ ਜਾਂਦੀ ਭਾਅ ਜੀ ਉਹ ਵਾਲੀ ਸੌਣ ਲੱਗੇ ਹਸਾਤਾ ਜੇ ਮੈਂ ਸੌਣ ਲੱਗੇ ਹਸਾਤਾ ਜੇ ਮੈਂ ਹੁਣ ਸਾਡੀ ਦੋਸਤੀ ਹੋ ਗਈ ਹੈ ਤੇ ਦੋਸਤੀ ਤੇ ਦੋਸਤੀ ਉੱਥੇ ਬੈਠ ਨਹੀਂ ਹੋਈ ਬਿਲਕੁਲ ਵੀ ਨਹੀਂ ਹੋਈ ਦੋਸਤੀ ਤੇ ਨੀਰੂ ਜੀ ਪੀਤੀ ਤੁਸੀਂ ਚਾਹ ਵੈਸੇ ਹਨਾ ਇੱਕ ਵਾਰੀ ਫਿਰ ਪੀ ਲਓ ਪੀਓ ਪੀਓ ਕੋਈ ਗੱਲ ਨਹੀਂ ਹਾਂ ਕੀ ਮੁੱਦਾ ਕੀ ਹੈ ਤੇਰਾ ਭਾਅ ਜੀ ਇਹ ਜਿਹੜਾ ਗਲਾਸ ਰਿਹਾ ਨਾ ਹੁਣ ਇਹ ਭਾਅ ਜੀ ਵਿਕੇਗਾ 2,51,365 ਰੁਪਏ ਦਾ ਨੀਰੂ ਬਾਜਵਾ ਜੀ ਨੇ ਗਲਾਸ ਜੂਠਾ ਕੀਤਾ ਪਾਰਾ ਸਿੰਘ ਦਾ ਚਾਹ ਤੇ ਚੁਸਕੀ ਤੇ ਵੱਲੇ ਵੱਲੇ 2,51,365 ਰੁਪਏ ਯਾਰ ਪਾਰਾ ਸਿੰਘ ਇੰਨੀ ਰਕਮ ਮੈਂ ਬੋਲ ਤਾਂ ਦਿੱਤੀ ਹੈ ਇਹ ਕੋਈ ਅਮੀਰ ਬੰਦਾ ਹੀ ਲਏਗਾ ਭਾਅ ਜੀ ਤੁਹਾਡੇ ਕੋਈ ਹੈਗਾ ਨੋਨ ਦੇ ਵਿੱਚ ਕੋਈ ਜਾਣਦਾ ਹੋਵੇ ਕੋਈ 2,51,365 ਤੈਨੂੰ ਕਿਉਂ ਦਵਾਂਗੇ ਅਸੀਂ ਆਪਦੇ ਜਵਾਕ ਦੀ ਐਡਮਿਸ਼ਨ ਕਰਾਵਾਂਗੇ 2,51,000 ਚ ਇਹ ਵੀ ਗੱਲ ਸਹੀ ਹੈ ਤੁਹਾਡੀ ਮੇਰੀ ਵੀ ਕਿਤੇ ਐਡਮਿਸ਼ਨ ਟਿਊਸ਼ਨ ਕਰਾ ਦਿਓ ਭਾਜੀ ਮੈਂ 10ਵੀਂ ਤੱਕ ਪੜ੍ਹਿਆ ਤੂੰ ਇੱਕ ਨਹੀਂ ਪੜ੍ਹਾ ਹੁੰਦਾ ਤੂੰ ਦੂਜਾ ਗੋਦਲ ਕਿੱਥੋਂ ਲੈ ਲਈ ਵੀ ਗੱਲ ਸਹੀ ਹੈ ਤੁਹਾਡੀ ਅੱਛਾ ਭਾਜੀ ਮੈਨੂੰ ਇਹ ਦੱਸੋ ਕਿਹੜੀ ਐਸੀ ਚੀਜ਼ ਹੈ ਜਿਹੜੀ ਮਹਿੰਗੀ ਵੀ ਬਹੁਤ ਸੀ ਤੇ ਤੁਸੀਂ ਬਿਨਾਂ ਸੋਚੇ ਸਮਝੇ ਖਰੀਦ ਲਈ 2.5 ਲੱਖ ਦੀ ਸੀ ਅਸੀਂ ਬਿਨਾਂ ਸੋਚੇ ਸਮਝੇ ਖਰੀਦ ਲਈ ਉਹ ਸਾਡੇ ਜਵਾਕ ਦੀ ਐਡਮਿਸ਼ਨ ਤੇ ਮੈਨੂੰ ਲੱਗਦਾ ਹਰੇਕ ਮਾਂ ਪਿਓ ਆਪਣੇ ਬੱਚੇ ਲਈ ਕੋਈ ਵੀ ਚੀਜ਼ ਬਿਨਾਂ ਸੋਚੇ ਸਮਝੇ ਖਰੀਦ ਲੈਂਦਾ ਆਪਦੇ ਲਈ ਨਹੀਂ ਖਰੀਦਦਾ ਕਿਆ ਬਾਤ ਹੈ ਸੱਚੀ ਭਾਜੀ ਕਿਆ ਜਵਾਬ ਦਿੱਤਾ ਤਾੜੀਆਂ ਰੇਲੀ ਭਾਜੀ ਤਰਸੇਮ ਜੱਸੜ ਜੀ ਉਹ ਦਿਲ ਮੇਰਾ ਰੱਬ ਦਾ ਰੇਡੀਓ ਦਿਲ ਮੇਰਾ ਰੱਬ ਦਾ ਰੇਡੀਓ ਭਾਜੀ ਜਿੱਦਾਂ ਜੋੜੀਆਂ ਹੁੰਦੀਆਂ ਨੇ ਜਿੱਦਾਂ ਪੈਨਸਿਲ ਤੇ ਕਾਪੀ ਦੀ ਜੋੜੀ ਹੈ ਹਨਾ ਚਾਹ ਤੇ ਬਿਸਕੁਟ ਦੀ ਜੋੜੀ ਹੈ ਜੇ ਤੁਸੀਂ ਚਾਹ ਹੋ ਤੇ ਫਿਰ ਤੁਹਾਡਾ ਬਿਸਕੁਟ ਕੌਣ ਹੈ ਹਾਂ ਚਾਹ ਬਿਸਕੁਟ ਨਹੀਂ ਨਹੀਂ ਤੁਹਾਡੀ ਲਾਈਫ ਦਾ ਭਾਜੀ ਇਹ ਤਾਂ ਹੈ ਹੀ ਅੱਛਾ ਨੀਰੂ ਜੀ ਇਹਨਾਂ ਨੂੰ ਪੁੱਛੋ ਮੈਂ ਕਿਹਾ ਇਹਨਾਂ ਨੂੰ ਪੁੱਛੋ ਅੱਛਾ ਅੱਛਾ ਹਾਂ ਫਿਲਮ ਚ ਆਬਵੀਅਸਲੀ ਇਹੀ ਨੇ ਅੱਛਾ ਅੱਛਾ ਉਹਦਾ ਰੀਅਲ ਲਾਈਫ ਇਹ ਚਾਹ ਨੇ ਮੈਂ ਬਿਸਕਟ ਆ ਫਿਲਮ ਚ ਓਕੇ ਰੀਅਲ ਲਾਈਫ ਚ ਭਾਜੀ ਕੌਣ ਹੈ ਰੀਅਲ ਲਾਈਫ ਚ ਰੀਅਲ ਲਾਈਫ ਚ ਰੀਅਲ ਲਾਈਫ ਚ ਸਾਡੀ ਟੀਮ ਓਕੇ ਜਿਵੇਂ ਚਾਹ ਬਿਸਕਟ ਬਿਨਾ ਕੰਪਲੀਟ ਨਹੀਂ ਹੁੰਦੀ ਮੈਂ ਉਹਨਾਂ ਬਿਨਾ ਕੰਪਲੀਟ ਨਹੀਂ ਹੁੰਦਾ ਕਿਆ ਬਾਤ ਹੈ ਕਿਆ ਬਾਤ ਹੈ ਤੇ ਨੀਰੂ ਜੀ ਤੁਸੀਂ ਜੇ ਅਗਰ ਚਾਹ ਹੋ ਤੇ ਬਿਸਕੁਟ ਕੌਣ ਹੈ ਤੁਹਾਡਾ ਮੇਰੇ ਹਸਬੰਡ ਮੇਰੇ ਬਿਸਕੁਟ ਉਹਨਾਂ ਨੂੰ ਡਬੋ ਡਬੋ ਖਾਂਦੇ ਆ ਇਹ ਅੱਛਾ ਜੀ ਅੱਛਾ ਜੀ ਓ ਮਾਈ ਗੋਡ ਤੇ ਲੱਗਿਆ ਕਿ ਸ਼ਾਇਦ ਤੂੰ ਬੰਦਾ ਬਣ ਜਾ ਸ਼ਾਇਦ ਕੀ ਹੋ ਮੈਂ ਕਿਹਾ ਸ਼ਾਇਦ ਇਹ ਮੇਰੀ ਬਣਾਈ ਚਾਹ ਨੂੰ ਕਹਿ ਦੇਣ ਅੱਛਾ ਨੀਰੂ ਜੀ ਮੈਂ ਨਾ ਸੋਚ ਰਿਹਾ ਸੀਗਾ ਮੈਂ ਆਪਣਾ ਨਾ ਨਾਮ ਬਦਲ ਲਵਾਂ ਮੈਂ ਤੁਹਾਡੇ ਤੋਂ ਐਕਸਪਾਇਰ ਹੋਇਆ ਬਿਲਕੁਲ ਇਨਸਪਾਇਰ ਅੱਛਾ ਇਨਸਪਾਇਰ ਇਨਸਪਾਇਰ ਤੇ ਮੈਂ ਆਪਣਾ ਨਾਮ ਸੋਚ ਰਿਹਾ ਸੀਗਾ ਤੇ ਮੈਂ ਰੱਖ ਲੈਣਾ ਨਾਮ ਆਪਣਾ ਸੰਦਲੀ ਸੰਦਲੀ ਦੋ ਵਾਰੀ ਸੰਦਲੀ ਕਿਉਂ ਉਹ ਤੁਹਾਡਾ ਤੱਦੀ ਤਾਂ ਮੈਂ ਤੁਹਾਡੇ ਫਿਰ ਅੱਖਾਂ ਚ ਆਵਾਂਗਾ ਨਾ ਉਹ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਇੱਕ ਵਾਰੀ ਤੂੰ ਵੀ ਆਏਗਾ ਇੱਕ ਵਾਰੀ ਥੋੜਾ ਜਿਹਾ ਅੱਧਾ ਅੱਧਾ ਸੰਦਲੀ ਕਿਉਂ ਵੈਸੇ ਕਿਸ ਕੋਸ਼ਿਸ਼ ਕਰਾਂ ਮੈਂ ਦਾ ਮਾੜੇ ਬੰਦੇ ਦੀ ਇੱਕ ਖੁਆਇਸ਼ ਆ ਪੂਰੀ ਕਰ ਦਿਓ ਕੋਈ ਯਾਰ ਹੈ ਕਰ ਦਿਓ ਪੂਰੀ ਅੱਛਾ ਕਾ ਸੰਦਲੀ ਸੰਦਲੀ ਨੈਣਾ ਵਿੱਚ ਮੇਰਾ ਨਾਮ ਵੇ ਮੁੰਡਿਆ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਕਿਆ ਬਾਤ ਹੈ ਕਿਆ ਬਾਤ ਹੈ ਜਸੜ ਭਾਅ ਜੀ ਹੁਣ ਤਾਂ ਵੈਸੇ ਸਾਡੇ ਫੈਮਿਲੀ ਰਿਲੇਸ਼ਨ ਬਣ ਗਏ ਹੋਏ ਨੇ ਯਾਰ ਹੁਣੇ ਤਾਂ ਬਣੇ ਸੀਗੇ ਤੁਸੀਂ ਮਿਲਾਉਂਦੇ ਕਿਉਂ ਨੇ ਹੱਥ ਭਾਅ ਜੀ ਮੈਨੂੰ ਕੁਐਸਚਨ ਪੁੱਛ ਲੈਣ ਦਿਓ ਭਾਅ ਜੀ ਹਾਂਜੀ ਭਾਅ ਜੀ ਤੁਹਾਡੇ ਕਿੰਨੇ ਕੱਬੇ ਅਸੂਲ ਨੇ ਤੇ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੇ ਉਦੋਂ ਨਕਲ ਮਾਰਦੇ ਮਾਰਦੇ ਵੀ ਤੁਹਾਡੇ ਅਸੂਲ ਸਾਹਮਣੇ ਆ ਜਾਂਦੇ ਸੀਗੇ ਕਿ ਜੱਸੜਾਂ ਦੇ ਕਾਕੇ ਨਕਲ ਨਹੀਂ ਮਾਰਨੀ ਮੈਂ ਵੈਸੇ ਸੱਚੀ ਨਕਲ ਮਾਰੀ ਵੀ ਨਹੀਂ ਗੀ ਇੱਕ ਵਾਰ ਮੈਂ ਇੱਕ ਪੇਪਰ 'ਚ ਮਾਰੀ ਸੀਗੀ ਅੱਛਾ ਜੀ
ਉਹ ਜੋ ਫੇਲ ਹੋ ਗਿਆ ਸੀ। ਅੱਛਾ ਨਕਲ ਮਾਰੀ ਤੇ ਤੁਸੀਂ ਫੇਲ ਹੋ ਗਏ? ਕਿਉਂਕਿ ਮੈਨੂੰ ਮਾਰਨੀ ਨਹੀਂ ਸੀ ਆਉਂਦੀ, ਮੈਂ ਜਿਵੇਂ ਆਈ ਹੋ ਨਹੀਂ ਮੈਨੂੰ ਕਦੇ, ਮਤਲਬ ਮੈਨੂੰ ਡਰ ਲੱਗਦਾ ਹੁੰਦਾ ਸੀ ਉਹ ਚੀਜ਼ ਤੋਂ ਬਹੁਤ ਜ਼ਿਆਦਾ। ਓਕੇ ਓਕੇ। ਕੁਦਰਤੀ ਉਹ ਡਰ ਲੱਗਦਾ ਹੁੰਦਾ ਸੀ ਕਿਉਂਕਿ ਫਾਦਰ ਸਾਹਿਬ ਤੋਂ ਡਰ ਲੱਗਦਾ ਹੁੰਦਾ ਸੀ ਬਹੁਤ ਜ਼ਿਆਦਾ, ਕਿਉਂਕਿ ਇਹੋ ਜਿਹਾ ਲਾਂਭਾ ਜਾਂ ਕੋਈ ਇਹੋ ਜਿਹੀ ਗੱਲਬਾਤ ਜੇ ਕਿਤੇ ਪਤਾ ਲੱਗ ਜਾਣੀ ਤਾਂ ਉਹ ਮੈਨੂੰ, ਵੈਸੇ ਕਦੇ ਨਹੀਂ ਉਹਨਾਂ ਨੇ ਮੈਨੂੰ ਕੁਛ ਕਿਹਾ, ਪਰ ਜੇ ਕੋਈ ਇੱਦਾਂ ਦੀ ਗੱਲ ਹੋਵੇ ਫਿਰ ਸਟ੍ਰਿਕਟ ਸੀ ਬਹੁਤ। ਅੱਛਾ ਮੈਂ ਨਾ ਅਕਸਰ ਸੋਚ ਰਿਹਾ ਸੀਗਾ ਕਿ ਮੈਂ ਤੁਹਾਡੇ ਕੋਲੋਂ ਪੁੱਛਾਂ, ਜਦੋਂ ਆਪਾਂ ਮੁੰਡੇ ਵਾਲੇ ਕੁੜੀ ਨੂੰ ਦੇਖਣ ਜਾਂਦੇ ਹਾਂ ਤਾਂ ਕੁੜੀ ਚਾਹ ਕਿਉਂ ਬਣਾ ਕੇ ਲਿਆਉਂਦੀ ਹੈ, ਕੁਛ ਹੋਰ ਕਿਉਂ ਨਹੀਂ ਬਣਾ ਕੇ ਲਿਆਉਂਦੀ, ਕੁਛ ਵੀ ਬਣਾ ਕੇ ਲੈ ਸਕਦੀ, ਗਾਜਰਾਂ ਦੀ ਸਬਜ਼ੀ, ਬਤਾਊ ਬਹਿ ਜਾ ਮੇਰੇ ਸਾਈਕਲ 'ਤੇ ਟੱਲੀਆਂ ਵਜਾਉਂਦਾ ਜਾਊਂ, ਆਲੂ ਬਤਾਊ ਖਾਲੀ ਬਤਾਊ, ਕੋਈ ਨਾ ਤੇਰੇ ਵਾਲੀ ਆਹ ਬਣਾ ਲਿਓ, ਤੈਨੂੰ ਮਿਲਣੀ ਨਹੀਂ ਪਰ ਫਿਰ ਵੀ ਜਦੋਂ ਤੂੰ ਦੇਖਣ ਗਿਆ ਉਹਨੂੰ ਕਹਿ ਦੀ ਕਿ ਕੀ ਕੰਮ, ਚਲੋ ਦੱਸੋ ਮੈਨੂੰ ਕੀ ਕਮੀ ਕੀ ਭਾਜੀ ਮੇਰੇ 'ਚ, ਦੱਸੋ ਦੱਸੋ। ਪੂਰਾ ਹੀ ਨਹੀਂ ਹੈਗਾ ਹਜੇ ਆਪ, ਤੂੰ ਖੜਾ ਹੋ ਕੇ ਬੈਠਾ? ਅੱਛਾ ਖੜਾ ਹੀ ਆ, ਠੀਕ ਠੀਕ ਆ ਭਾਜੀ, ਮੈਂ ਪੂਰਾ ਹੀ ਨਹੀਂ ਆ ਤੇ ਮੈਂ ਪੂਰਾ ਨਹੀਂ ਤੇ ਭਾਜੀ ਫਿਰ ਰੇੜੀ ਤੇ ਮੇਰੀ ਪੂਰੀ ਆ ਨਾ, ਇੱਕ ਗੱਲ ਮੰਨਦੇ ਕਿ ਨਹੀਂ ਮੰਨਦੇ? ਨਹੀਂ ਮਿਹਨਤੀ ਤੂੰ ਪੂਰਾ ਬਈ, ਇਹ 'ਚ ਕੋਈ ਸ਼ੱਕ ਨਹੀਂ। ਥੈਂਕ ਯੂ ਜੀ, ਥੈਂਕ ਯੂ, ਮਿਹਨਤੀ ਪੂਰਾ। ਜਸੜ ਭਾਜੀ ਤੁਸੀਂ ਮੇਰੀ ਰੇੜੀ ਤੇ ਆਏ ਤੇ ਮੈਮ ਤੁਸੀਂ ਵੀ ਮੇਰੀ ਰੇੜੀ ਤੇ ਆਏ, ਆ ਕੀ ਹੁੰਦਾ ਸ਼ਰਮਾਹਟ? ਇੰਨਾ ਸ਼ਰਮ ਆਉਂਦੀ ਭਾਜੀ? ਭਾਜੀ ਡਿਸਕੋ ਗਾਣੇ ਦੇ ਵਿੱਚ ਜਿਹੜਾ ਤੁਹਾਡਾ ਸਟੈਪ ਸੀਗਾ ਨਾ, ਤੇ ਉਹਨੂੰ ਭਾਜੀ ਮੈਂ ਉਹ ਕਰਨਾ ਚਾਹੁੰਦਾ, ਆਪਣਾ ਸੋਰੀਓਗ੍ਰਾਫ ਉਹਨੂੰ ਮੈਂ ਉਹ ਕਰਨਾ ਚਾਹੁੰਦਾ ਭਾਜੀ, ਤੇ ਆਪਾਂ ਕਰੀਏ ਭਾਜੀ ਥੋੜਾ ਜਿਹਾ? ਕਰ ਲਾ ਸੋਰੀਓਗ੍ਰਾਫ। ਸੋਰੀਓਗ੍ਰਾਫ ਨਹੀਂ ਹੁੰਦਾ, ਕੋਰੀਓਗ੍ਰਾਫ। ਓ ਹਾਂ ਸੱਚ ਭਾਜੀ, ਇਹੀ ਕਹਿਣਾ ਸੀਗਾ, ਬਸ ਮੇਰੀ ਜ਼ੁਬਾਨ ਆ ਨਾ ਜਿਹੜੀ। ਕਰੀਏ ਭਾਜੀ ਆਪਾਂ, ਹੈ ਨਾ? ਹਾਂਜੀ ਗਾਣਾ ਲਾ ਦਿਓ ਜੀ। ਧੂੜ ਪੱਟ ਕੇ ਐਂਦੀਆਂ ਕਹਾਉਂਦੀਆਂ ਵਲੈਟ ਕਰ ਦੋ, ਉਹਦੀ ਜ਼ਖਮੀ ਵੀ ਲੁੱਕ ਲੁੱਕ ਦੇਖੂਗੀ, ਹੋ ਪੰਗੜੇ ਨਾ ਦੇਖੀਆਂ ਜੇ ਟਿਪ ਕੱਢਣੇ, ਡਿਸਕੋ ਤੇਰੀ ਤਾਂ ਬੈਠੀ ਮੱਥੇ ਟੇਕੂਗੀ, ਪੰਗੜੇ ਨਾ ਦੇਖੀਆਂ ਜੇ ਟਿਪ ਕੱਢਣੇ, ਡਿਸਕੋ ਤੇਰੀ ਤਾਂ ਬੈਠੀ ਮੱਥੇ ਟੇਕੂਗੀ। ਇੱਕ ਮਿੰਟ ਸੈੱਟ। ਹਾਂਜੀ ਅੱਛਾ ਭਾਜੀ, ਮਾੜਾ ਬੰਦਾ ਹੁਣ ਮੈਂ ਕੀ ਦੇ ਸਕਦਾ? ਪਾਰਲੇ ਜੀ ਵੱਲੋਂ ਭਾਜੀ ਮੈਂ ਇੱਕ ਗਿਫਟ ਤਿਆਰ ਕੀਤਾ ਹੈ, ਹੈ ਨਾ, ਮੈਂ ਲੈ ਕੇ ਆਇਆ ਤੁਹਾਡੇ ਲਈ। ਇੱਕ ਮਿੰਟ, ਪਾਰਲੇ ਜੀ ਬੱਲੇ, ਵਾਹ ਭਾਜੀ, ਹਾਂ ਜੀ ਬੰਦਾ ਬੜਾ ਵਧੀਆ, ਤੂੰ ਦਿਲਦਾਰ ਬੰਦਾ ਪੂਰਾ, ਧੰਨਵਾਦ ਤੇਰਾ ਬਹੁਤ। ਥੈਂਕ ਯੂ ਸੋ ਮਚ ਭਾਜੀ, ਸ਼ੁਕਰੀਆ, ਤੁਹਾਡੀ ਫਿਲਮ ਬਹੁਤ ਵਧੀਆ ਭਾਜੀ, ਸ਼ੁਕਰੀਆ, ਕੰਮ ਕਰ ਰਹੀ ਹੈ ਤੇ ਇਦਾਂ ਹੀ ਕੰਮ ਕਰਦੀਆਂ ਰਹਿਣ ਤੁਹਾਡੀਆਂ ਫਿਲਮਾਂ, ਬਹੁਤ ਸੋਹਣੇ ਰਿਵਿਊ ਆ ਰਹੇ ਨੇ ਤੇ ਬਹੁਤ ਵਧੀਆ ਮੈਸੇਜ ਦਿੱਤਾ, ਤੇ ਸਾਰੇ ਜਾਣੇ ਆਪਣੀ ਫੈਮਿਲੀ ਦੇ ਨਾਲ ਜਾਓ ਤੇ ਫਿਲਮ ਵੇਖ ਕੇ ਆਓ, ਊੜਾ ਆੜਾ। ਊੜਾ ਆੜਾ ਅੱਜ 1 ਤਰੀਕ, ਤੁਸੀਂ ਬਹੁਤਿਆਂ ਨੇ ਦੇਖ ਲਈ ਹੋਣੀ ਆ, ਬਹੁਤ ਹਜੇ ਦੇਖਣ ਦੀ ਪਲੈਨਿੰਗ 'ਚ ਹੋਣੇ ਆ, ਜਾਣ ਦੀ ਤਿਆਰੀ ਕਰਦੇ ਹੋਣੇ ਆ, ਸਾਰੇ ਜਾਣੇ ਜਾ ਕੇ ਦੇਖੋ, ਤੁਸੀਂ ਜਾ ਕੇ ਖੂਬ ਇੰਜੋਏ ਕਰੋਗੇ ਤੇ ਨਿੱਕਾ ਜਿਹਾ ਮੈਸੇਜ ਨਾਲ ਲੈ ਕੇ ਆਓਗੇ। ਜ਼ਰੂਰ ਜਾ ਕੇ ਦੇਖਿਓ, ਆਪਦੇ ਪਰਿਵਾਰ ਨੂੰ ਲੈ ਕੇ ਜਾਇਓ ਤੇ ਇੰਜੋਏ ਕਰੋ ਫਿਲਮ, ਬਹੁਤ ਵਧੀਆ ਫਿਲਮ ਬਣੀ। ਕਿਆ ਬਾਤ ਹੈ ਸੱਚੀ ਭਾਜੀ, ਵੈਰੀ ਨਾਈਸ। ਤੇ ਮਿਲਦਾ ਹੈ ਜੀ ਪਾਰਾ ਸਿੰਘ ਅਗਲੇ ਹਫਤੇ ਅਗਲੇ ਕਲਾਕਾਰਾਂ ਦੇ ਨਾਲ, ਸ਼ਾਨੇ ਪੰਜਾਬ ਪ੍ਰੈਜ਼ੈਂਟਸ ਚਾਹ ਤੇ ਚੁਸਕੀ ਪਾਵਰਡ ਬਾਏ ਪਾਰਲੇ ਜੀ। ਸਤਿ ਸ਼੍ਰੀ ਅਕਾਲ।